ਕਹਿੰਦੇ ਹੁੰਦੇ ਨਾਜੇ ਦਾ ਜਰਨੈਲ ਤੇ ਸਾਡੇ ਬੱਕਰ ਕਹਿੰਦੇ ਖੇਤਰ ਦਾ ਜਰਨੈਲ ਹੈ ਬਾਈ ਬਬਲੀ ਚੱਕਾਂ ਵਾਲਾ ਤੇ ਉਹ ਤੁੰਗ ਵਾਲੀ ਬਾਈ ਆਉਂਦਾ ਹੁੰਦਾ ਤੁੰਗ ਵਾਲੀ ਮੰਡੀ ਨੂੰ ਚਲਾਉਣ ਦੇ ਵਿੱਚ ਬਬਲੀ ਚੱਕਾਂ ਵਾਲੇ ਦਾ ਬਹੁਤ ਵੱਡਾ ਹੱਥ ਹੈ ਤੇ ਐਂ ਮੰਨ ਲਓ ਆ ਜੀ ਵੀ ਜਿੱਥੇ ਬਬਲੀ ਚੱਕਾਂ ਵਾਲਾ ਆ ਗਿਆ ਕੈਮਰਾ ਚੱਲੀ ਜਾਂਦਾ ਜੀ ਜਿੱਥੇ ਬਬਲੀ ਚੱਕਾਂ ਵਾਲਾ ਆ ਗਿਆ ਕਹਿੰਦੇ ਵੀ ਮੇਲੇ ਉਹੀ ਚਲਾ ਦਿੰਦਾ ਤੇ ਕਾਲੇ ਦੀ ਮੰਡੀ 'ਚ ਆ ਕੇ ਬਬਲੀ ਚੱਕਾਂ ਵਾਲਾ दस दो भाई काले की मंडी बारे काला कहना और नाराजगी अपने बंद घट आने लग गए की गल ठंड का करके बड़ा धुंध वाली थी जी बहुत दूर आ भाई अर गया वर्ल्ड वर्ल्ड को पिंड एड्डी वट आए जी अज धुंध नहीं आए है अच्छा अच्छा हाँ अपने बबली पत्रकार जिथे बागे मंडी चल पे बहुत बड़ा काम है बाई दो दो लाख बकरे बकरी खड़े बहुत बढ़िया कारोबार है ते तंगल मेला किवें चलदा बबली हां वधिया चलदा जी बहुत भरदा जी उहदा सिरा जमारी सारे मेलिया दा ਤੇ ਅਗਲੀ ਵਾਰ ਬੱਕਰੀਆਂ ਵੀ ਲੈ ਕੇ ਆਵਾਂਗੇ ਆਪਾਂ ਚੰਗੀਆਂ ਜੀ ਇੱਥੇ ਬਸ ਧੁੱਪਾ ਲੱਗਣ ਲੱਗ ਕੀ ਮੜ ਕੇ ਲੈ ਕੇ ਆਓ ਨਹੀਂ ਐ ਕੀ ਪਤਾ ਕੀ ਗੱਲ ਆ ਜੀ ਗੱਬੜਾ ਹੀ ਬੱਕਰੀਆਂ ਸੂ ਪੈਣੇ ਦੇ ਸੱਜਾ ਉਹ ਲੈ ਨਹੀਂ ਸਕਦੇ ਪ੍ਰੋਬਲਮ ਮਾਰ ਭਾਰਗਾ ਬੱਕਰੀਆਂ ਸੀ ਬਾਈ ਲੋਕੇਸ਼ਨ ਦੱਸ ਦਿਓ ਵੀ ਕਿਹੜੇ ਪਾਸੇ ਕਿੱਧਰ ਵੀ ਆਵੇ ਜਿੱਥੇ ਬੰਦਾ ਬਿਸ਼ੰਡੇ ਤੋਂ ਤਲਵੰਡੀ ਤੋਂ ਬਿਸ਼ੰਡੇ ਤੋਂ ਬਸ ਤਲਵੰਡੀ ਵਾਲਾ ਰੋਡ ਜੀ ਆ ਹਾਂ ਪਾਸਪੋਰਟ ਸਮੀਰ ਵਾਲਾ ਖੱਬਾ ਸੱਜਾ ਖੱਬਾ ਸੱਜਾ ਤਾਂ ਬਸ ਦੋਵੇਂ ਪਾਸੇ ਆ ਜੀ ਕੋਈ ਗੱਲ ਨਹੀਂ ਮਾਨ ਲਈ ਠੀਕ ਹੈ ਜੀ ਉਹ ਠੀਕ ਭਰੇ ਮਿਲ ਸਕਦੇ ਸਿੱਧੇ ਕਿ ਵਧੀਆ ਭਰੇ ਆ ਜੀ ਤੁਹਾਡੇ ਦੋ ਸੌਦੇ ਵੀ ਹੋਗੇ ਮੁੰਡਿਆਂ ਤੋਂ ਬੱਕਰੀਆਂ ਲੈਤੀਆਂ ਜੀ ਮੈਂ ਹੁਣ ਠੀਕ ਹੈ ਭਾਈ ਤੋਂ ਲੈਤੀਆਂ ਜੀ ਦੋ ਤੇ ਦੋ ਹੁਣ ਲਈ ਜਾਂਦੇ ਜੀ ਬਸ ਠੀਕ ਹੈ ਕਰਾ ਲਓ ਸੌਦੇ ਫਿਰ ਮੇਰੇ ਵਾਸਤੇ ਤੋਂ ਬੱਕਰੀਆਂ ਲੱਭਦੇ ਹਾਂ ਜੀ ਹਾਂ ਜੀ ਹਾਂ ਜੀ ਤੁਹਾਡੇ ਵਾਸਤੇ ਲਾਜ ਵੀ ਸੋਹਣੀ ਲੱਭਦੇ ਬਾਈ ਬੱਬਲੇ ਕਹਿੰਦੇ ਤੁਹਾਡੇ ਵਾਸਤੇ ਆਪਣੇ ਫਾਰਮ ਬਾਈ ਤੁਹਾਨੂੰ ਦੱਸ ਦਈਏ ਤੇ ਹਾਂ ਜੀ ਹੋਰ ਜੀ ਬੱਬਲੇ ਕਹਿੰਦਾ ਵੀ ਬੱਕਰੀਆਂ ਲੱਭ ਦਿੰਦੇ ਤੈਨੂੰ ਤਾਂ ਸਹੀ ਰੇਟ 'ਚ ਪਾਲਣ ਦਾ ਬਾਈ ਜੀ ਬਹੁਤ ਧੰਦਾ ਵਧੀਆ ਹੈਗਾ ਬਹੁਤ ਵੱਡੇ ਪੱਧਰ ਤੇ ਚਲਾਇਆ ਜਾਂਦਾ ਤੁਹਾਨੂੰ ਵਧੀਆ ਰੁਜ਼ਗਾਰ ਮਿਲ ਸਕਦਾ ਬਾਕੀ ਧੰਦੇ ਵੀ ਵਧ ਗਏ ਮੱਝਾਂ ਹੋ ਗਿਆ ਮੱਖੀ ਪਾਲਣ ਹੋ ਗਿਆ ਮੱਛੀ ਪਾਲਣ ਹੋ ਗਿਆ ਸੂਰਜਮੁਖੀ ਹੋ ਗਈ ਸਫੈਦ ਮੁਸਲੀ ਹੋ ਗਈ ਉਹਦੇ ਵਿੱਚ ਬਾਈ ਪੈਸਾ ਬਹੁਤ ਲੱਗ ਗਿਆ ਹਾਂਜੀ ਹਾਂਜੀ ਇਹ ਬਹੁਤ ਵੱਡੀ ਸਮੱਸਿਆ ਬਾਕੀ ਜਿਵੇਂ ਬਾਈ ਜੀ ਆਏ ਨੇ ਕੀ ਹਾਲ ਹੈ ਬਾਈ ਠੀਕ ਹੈ ਵੀਰੇ ਕਿਹੜੇ ਕੀ ਲੈ ਕੇ ਆਏ ਬਾਈ ਠੀਕ ਹੈ ਕਿਹੜਾ ਪਿੰਡ ਹੈ ਕੋਟਲੇ ਖੁਰਦਾ ਕਿਵੇਂ ਬਾਈ ਕੰਮ ਕਿੰਨੀ ਕਿ ਰੱਖਿਆ ਹੋਇਆ ਆਪਣੇ ਕੋਲ ਹੈਗੇ ਜੀ 5-7 ਨਾਲ 5-7 ਨਾਲ ਕਿਵੇਂ ਦੱਸ ਦੇ ਮੜਾ ਕੰਮ ਕਿਵੇਂ ਬਹੁਤ ਵਧੀਆ ਕੰਮ ਹੈ ਜੀ ਠੀਕ ਹੈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਬਹੁਤ ਸੋਹਣਾ ਵਧੀਆ ਹੈ ਖੰਡਾ ਚੌਕ ਚੋਂ ਬਾਈ ਜੀ ਇੱਧਰ ਨੂੰ ਆਉਂਗੇ ਨਾ ਬਠਿੰਡਾ ਰੋਡ ਤੇ ਸੱਜੇ ਹੱਥ ਤੇ ਜੇ ਬਠਿੰਡੇ ਤੋਂ ਆਉਂਗੇ ਤਾਂ ਖੱਬੇ ਹੱਥ ਪੈਂਦਾ ਹੈਗਾ ਬਾਈ ਗੁਰਪ੍ਰੀਤ ਕਾਲਾ ਨੰਬਰ ਦੱਸ ਦਿਓ 98550 79972 ਬਾਈ ਸਾਡਾ ਨੰਬਰ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਨੰਬਰ ਹੈਗਾ 98550 79972 ਕਾਲੇ ਬਾਈ ਹੁਣ ਤਾਂ ਬੇਨਤੀ ਕਰਦੇ ਤਾਂ ਪੈ ਲੱਗਣ ਲੱਗੇ ਦਿਨ ਖੁੱਲ੍ਹ ਗਏ ਹੁਣ ਤਾਂ ਬੇਫਿਕਰ ਹੋ ਕੇ ਰਹਿਣ ਸਹਿਣ ਦਾ ਪ੍ਰਬੰਧ ਹੈ ਨਾ ਕੋਈ ਦਿੱਕਤ ਨਹੀਂ ਇਹੀ ਬੇਨਤੀ ਆ ਬਾਈ ਜੀ ਹਰ ਇਤਵਾਰ ਨੂੰ ਸਾਡੇ ਕੋਲੇ ਪਿੰਡ ਭਾਗੀ ਬੰਦਰ ਮੇਲੇ ਵਿੱਚ ਜਾਨਵਰ ਲੈ ਕੇ ਪਹੁੰਚਿਆ ਕਰੋ ਥੋੜੇ ਮਨ ਤੋਂ ਪਿੱਛੇ ਆਇਆ ਕਰੋ ਬਾਈ ਜੀ ਕੋਈ ਹਰ ਇੱਕ ਨਸਲ ਆਪਣੇ ਕੋਲੇ ਆਉਂਦੀ ਹੈ ਬਾਈ ਜੀ ਬੱਗਾ ਆ ਕੇ ਬਾਈ ਤਰਖੇ ਲੈ ਲਿਆ ਬੱਕਰੇ ਮੇਲੇ ਬਰਬਰੀ ਕੁੱਤੇ ਵੀ ਆਉਂਦੇ ਬਾਈ ਜੀ ਮੁਰਗੇ ਮੁਰਗੀਆਂ ਸਾਰ ਹਰੇਕ ਤਰ੍ਹਾਂ ਦਾ ਜਾਨਵਰ ਆਉਂਦਾ ਬਾਈ ਜੀ ਅਸੀਂ ਇਹੀ ਬੇਨਤੀ ਕਰਦੇ ਹਾਂ ਇਤਵਾਰ ਨੂੰ ਵੱਧ ਤੋਂ ਵੱਧ ਪਹੁੰਚਿਆ ਕਰੋ ਸਾਡਾ ਲੰਗਰ ਚਾਹ ਪਾਣ ਦਾ ਸਾਰਾ ਪ੍ਰਬੰਧ ਹੁੰਦਾਗਾ ਮੌਸਮ ਵਧੀਆ ਸਾਫ਼ ਹੋ ਗਿਆ ਹੁਣ ਧੁੱਪ ਨਿਕਲਦੀ ਹੁਣ ਤੇ ਇਹੀ ਬੇਨਤੀ ਕਰਦੇ ਹਾਂ ਬਾਈ ਜੀ ਵੀ ਪਹੁੰਚਿਆ ਕਰੋ ਬਈ ਬੱਗਾ ਤਰਖਾਣ ਵਾਲੇ ਮੇਲਾ ਆਉਂਦਾ ਹੈ ਕਿਨੋ ਦੀ ਸਾਡੀ ਖਬਰ ਬਣਾ ਦੇ ਕਰੋ ਮੈਂ ਆਖਿਆ ਵੀ ਭਰਾ ਆਪਣੇ ਤੋਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਸਹੀ ਗੱਲ ਹੈ ਜੀ ਸੋ ਅੱਜ ਅਸੀਂ ਜਿਹੜੀ ਸਾਡੀ ਟੀਮ ਸੀ ਇੱਕ ਮੁੰਡਾ ਸਾਡਾ ਬਾਹਰ ਆ ਗਿਆ ਬਾਈ ਬਾਬੂ ਸਿੰਘ ਮਾਨ ਤਰਖਾਣ ਵਾਲਾ ਕੈਮਰਾਮੈਨ ਹੈਗਾ ਬਾਈ ਲਹਿਰੀ ਸਾਹਿਬ ਪੂਰੇ ਨਾਮ ਬੋਲੇ ਸਤਪਾਲ ਸਿੰਘ ਲਹਿਰੀ ਸਤਪਾਲ ਸਿੰਘ ਲਹਿਰੀ ਵੀ ਆਪਣੇ ਨਾਲ ਹੈ ਮੈਂ ਤੁਹਾਡਾ ਆਪਣਾ ਜਸਵੀਰ ਸਿੱਧੂ ਤੇ ਆਪਾਂ ਬੱਕਰੀ ਮੇਲੇ ਦੀ ਖਬਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਪਰ ਬੇਨਤੀ ਹੈ ਵੀ ਚੰਗੀ ਚੀਜ਼ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ YouTube ਤੇ Facebook ਤੇ ਆਪਣਾ ਚੈਨਲ ਹੈ ਪਿੰਡਾਂ ਦੀ ਗੱਲ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਉਹਨੂੰ ਅਪਡੇਟ ਦਿਓ ਸਾਡੀ ਹਰ ਪੋਸਟ ਸ਼ੇਅਰ ਕਰਿਆ ਕਰੋ ਤਾਂ ਕਿ ਅਸੀਂ ਤੱਕ ਚੰਗੇ ਪਾਸੇ ਵਾਲੀ ਲੱਗੇ ਹੋਏ ਸਾਡੀ ਟੀਮ ਅਸੀਂ ਸਾਰਾ ਕੰਮ ਕਰ ਛੱਡ ਕੇ ਆਉਂਦੇ ਹਾਂ ਕਿਉਂਕਿ ਕੋਈ ਪੈਸਾ ਟੱਕਾ ਨਹੀਂ ਲੈਣਾ ਹੁੰਦਾ ਵੀ ਸਾਡੇ ਪੰਜਾਬ ਵਿੱਚ ਮਾਹੌਲ ਬਣੇ ਵਿਦੇਸ਼ਾਂ 'ਚ ਬੱਚੇ ਨਾ ਜਾਣ ਨਸ਼ਿਆਂ ਤੋਂ ਬਚ ਜਾਣ ਬਾਈ ਕਾਲੇ ਅਰਗਾਂ ਦੀਆਂ ਮੰਡੀਆਂ 'ਚ ਆ ਕੇ ਕੁਝ ਸਿੱਖਣ ਚਾਰ ਪੈਸੇ ਦਾ ਕੰਮ ਚਾਰ ਪੈਸੇ ਕਮਾਉਣ ਸੋ ਚੰਗੀ ਪੋਸਟ ਆ ਗਈ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਦਾ ਕਰੋ ਪਿੰਡਾਂ ਦੀ ਗੱਲ ਟੀਵੀ ਚੈਨਲ ਤੇ ਬਾਕੀ ਹੋਰ ਵੀ ਅਪਡੇਟ ਤੁਹਾਨੂੰ ਦਿਖਾਉਂ ਦੂਸਰੇ ਸ਼ਖਸ ਤੁਹਾਨੂੰ ਮਿਲਾਉਂਦੇ ਆਪਣਾ ਅੱਜ ਹੌਲੀ ਹੌਲੀ ਬਾਈ ਬਾਈ ਬਾਬੂ ਸਿੰਘ ਮਾਨ ਤਰਖਾਣ ਵਾਲਾ ਬਾਈ ਪਹਿਲਾਂ ਸਤਪਾਲ ਲਹਿਰੀ ਆਪਣੇ ਨਾਲ ਗੱਲਬਾਤ ਕਰ ਰਿਹਾ ਸੀਗਾ ਬਾਈ ਵੀ ਕਹਿੰਦਾ ਸੀ ਵੀ ਚਲੋ ਆਪਾਂ ਕੈਮਰੇ ਤੇ ਆਉਣੇ ਤੇ ਗੱਲਬਾਤ ਕਰਨੀ ਹੈ ਹਾਂਜੀ ਦੱਸੋ ਮਾਨ ਸਾਹਿਬ ਮੈਂ ਪੁੱਛਣਾ ਚਾਹੁੰਦਾ ਹਾਂ ਵੀ ਜੋ ਬੱਕਰੀਆਂ ਦੇ ਫਾਰਮਰ ਆ ਉਹ ਕਿੱਦਾਂ ਸਟਾਰਟ ਫਾਰਮ ਦੀ ਗੱਲ ਕਰਦੇ ਹੋ ਫਾਰਮ ਆ ਜਾਓ ਦਿਖਾਉਣੇ ਹੌਲੀ ਹੌਲੀ ਫਾਰਮ ਬਈ ਇਸ ਤਰ੍ਹਾਂ ਗੱਲਬਾਤ ਸੀ ਫਾਰਮ ਹੈਗੇ ਜਿਹੜੇ
वो स्टार्ट किस तरीके ने करनी है। पहले आप फार्म नहीं करना, तुम फार्म से मान लो लख रुपया मन सब लाता, हाँ जी हाँ जी, 10-15 हज़ार की जाली लाती, बाकी 70-80 हज़ार रुपया बकरियां फार्म नहीं चलता पक्का ही। अच्छा जी, फार्म चलाने लिए 5-7 मेले देखने जरूरी है। अच्छा, फार्म च जाके कई एक मेरे साथी ने गल दसी मन साहब, वह कहते भी फार्म से विजिट करके जाऊँ, मैं फार्म से विजिट कर गया, कहते भी बकरी बीमार हो गई। अच्छा जी, सारी बीमार हो गई। अच्छा, अच्छा, उन्होंने किया कोठी के बैक साइड से छेड पाले फार्म वो पानी वाली साइड जाए उधर सह हो जाती है, वो बकरियों वाली साइड जाते उधर। अच्छा, बकरियां ठंडा पानी पी के तो ठंडे वाले पास खड़ जाएंगे, तो बकर बीमार कान दबा जाएंगे, बकरियां भी दिखा दो नाल नाल थोड़ी जी। सो वो चीज़ है भी जो तुम घट्टो घट 10-15 फार्मा की लोकेशन देखो, हाँ जी, प्रोपर चैनल बनाने धुप जाती है, शैड के उत्ते धुप आती है, सारी कंडीशन सही है, बकरियां चंगी क्वालिटी होनी चाहिए, कोई बकरी कांडम नहीं, जो कांडम उन्होंने ट्रीटमेंट करवाना पू दिखा पू, मेले देखने पैणगे लगातार, फार्म के उत्ते विजिट करना पू, देसी बकरी देखनी पू, देसी की क्वालिटी है, बीटल की बीटल आज बीटल की जिम्मे बहुत सोहनिया बकरियां खड़ी, मैं बई में कहूँगा लहरी साहब ने दिखा दो एक बार। सो वो चीज़ा सारिया सानू देखनिया पैनगियां हौली हौली, प्रैक्टिकल होंगे गा, तजर्बा होंगे, एक्सपैरीमेंट होंगे, बीटल देखनी पू, देसी देखनी पू, जे बीटल देखनी है तो भी वो नक रोमन शेप है, सिंग किमें है, क्वालिटी किमें है, पिंड की शाइनिंग किमें है, सुहापन किमें, ठीक है, वो चीज़ा मन साहब हौली हौली देख के सारियां, चाहे तुम मैं कहना भी 6 महीने फार्म ना करो, ओके, कहने जो एक ना पौड़ियाँ चढ़ जाते हैं फिर लुटनी भेड़ी खाता, कहते मैं सच्चाई दस दे। मैंने मेरे पिंड का एक गवांडी मुंडा कहता, मैंने देख के कहना भी यार फार्म करना तो मैं बैली बकरियां लेने। अच्छा, मैं किसी पिंड ने दसा बैली लेनी, हाँ जी हाँ जी, हूँ भाई कहने लैनी भी मैं कहने सौखा बंदा, हूँ 70-70 हज़ार दिन बकरियां चक लेगा, अच्छा अच्छा, कोई कहने 70-70 दिन लैनिया जी, अच्छा अच्छा, तो किसी की फीड नहीं पूरी होनी, कोई मरजू कोई डिग पू कुछ हो, समझ आए नहीं, डॉक्टरी लैन का पता नहीं, ट्रीटमेंट का पता नहीं, किस तरीके ने दवाई लेनी है, किमें की करना है। सो वो ना करो तुम, पहले सारे आ जिन्हें गल् दसिया उत्ते अमल करके सारे फार्म फूर्म देख के मेले देख के दो पट्ठे ले लो, फिर काम स्टार्ट करो। हाँ, लो तेई ले लो, तीन बकरियां लंघ गड्डी चो बई है ना, आप देखते की गल बात है, कैमरे चली जाता बबली अंदर सेट करो और किन्ने ना वीरे बबली इन्ने फर्क नहीं पड़ेगा, तू दस किन्ना देना, किन्ने एक बार दस 40,000 ਦਾ ਦੇਣਾ ਲੱਗਿਆ ਥੋੜਾ ਦੇਣਾ ਨਹੀਂ ਹਾਂਜੀ 28,000 ਦਾ ਪਾਇਆ ਕੀ ਮੰਗਦਾ ਬਬਲੀ ਕੀ ਮੰਗਦਾ ਬਬਲੀ ਬੱਕਰੇ ਦਾ 50 ਬੱਕਰੇ 40,000 28,000 ਦਾ ਪਾਇਆ ਨਹੀਂ ਬਬਲੀ6 बंद करी बैठा बोली तो लैन लग गए किन्ने चले ले किन्ने चले ले 3,500 साढ़े 3,500 की ले जी किले जानी मन नहीं।